ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਦੀ ਸਰਕਾਰ ਇੱਕ ਤਾਨਾਸ਼ਾਹੀ ਰਵੱਈਆ ਅਖਤਿਆਰ ਕਰ ਚੁੱਕੀ ਹੈ। ਜਿਸ ਤਰ੍ਹਾਂ ਕਿਸੇ ਵੇਲੇ ਅੰਗਰੇਜ਼ ਜਾਂ ਜਿਹੜੇ ਮੁਗਲ ਧਾੜਵੀ ਆਉਂਦੇ ਸੀ ਪੰਜਾਬ ਦੇ ਨਾਲ ਧੋਖਾ ਕਰਦੇ ਸੀ, ਧੱਕਾ ਕਰਦੇ ਸੀਗੇ, ਅੱਜ ਉਹ ਰਵੱਈਆ ਸਾਡੀ ਆਪਣੀ ਕੇਂਦਰ ਦੀ ਸਰਕਾਰ ਜਿਹਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਤੱਕ ਦੀ ਕੁਰਸੀ 'ਤੇ ਪਹੁੰਚਾਇਆ, ਬਜਾਏ ਕਿ ਉਹ ਕਿਸਾਨਾਂ ਦੀਆਂ ਜਾਇਜ਼ ਗੱਲਾਂ ਨੂੰ ਸਵੀਕਾਰ ਕਰਨ, ਉਹਨਾਂ ਨੂੰ ਇੱਕ ਗੱਲਬਾਤ ਵਾਸਤੇ ਦਿੱਲੀ ਬੁਲਾ ਕੇ ਉਹਨਾਂ ਨਾਲ ਬੈਠ ਕੇ ਉਹਨਾਂ ਦੀ ਗੱਲ ਤਸੱਲੀ ਕਰਾਉਣ, ਉਹਨਾਂ ਨੇ ਉਲਟਾ ਸਬਕ ਸਿਖਾਉਣ ਦੀ ਨੀਤੀ ਅਪਣਾ ਲਈ ਆ। ਉਹਨਾਂ ਨੇ ਪੰਜਾਬ ਦੇ ਨਾਲ ਜਿੱਦਾਂ ਇੱਕ ਉਹਨੂੰ ਟਿੱਚਰ ਕਰਨ ਦਾ ਦੀ ਨੀਤੀ ਅਖਤਿਆਰ ਕਰ ਲਈ ਹੈ। ਜਿਸ ਤਰ੍ਹਾਂ ਹੁਣੇ ਬੋਲ ਕੇ ਗਏ MP ਸਾਹਿਬ, ਸਾਡੀਆਂ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਆ ਜੋ ਪੰਜਾਬ ਨੂੰ ਖਾਦ ਚਾਹੀਦੀ ਆ, ਕੋਲਾ ਚਾਹੀਦਾ ਵਾ, ਦੀਵਾਲੀ ਦਾ ਤਿਉਹਾਰ ਆ ਰਿਹਾ, ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਦੀ ਲੋੜ ਆ, ਸਾਡੀਆਂ ਟ੍ਰੇਨਾਂ ਰੋਕ ਦਿੱਤੀਆਂ ਨੇ। ਸਾਡੇ ਪੰਜਾਬ ਦਾ ਜਿਹੜਾ ਅਸੀਂ ਇਸ ਦੇਸ਼ ਨੂੰ ਚਲਾਉਣ ਵਾਸਤੇ ਟੈਕਸ ਅਦਾ ਕਰਦੇ ਹਾਂ, ਸਾਡਾ GST ਦਾ ਬਕਾਇਆ 9,500 ਕਰੋੜ ਰੁਪਇਆ ਰੋਕ ਛੱਡਿਆ ਵਾ। ਰੂਰਲ ਡਿਵੈਲਪਮੈਂਟ ਫੰਡ ਜਿਹੜਾ 1100 ਕਰੋੜ ਰੁਪਇਆ ਜੋ ਸਾਡਾ ਇੱਕ ਅਧਿਕਾਰ ਸੀਗਾ ਇਸ ਪ੍ਰਣਾਲੀ ਦੇ ਤਹਿਤ, ਉਹ ਸਾਡਾ ਉਹ ਰੋਕ ਦਿੱਤਾ ਵਾ। ਔਰ ਇੱਥੇ ਬਸ ਨਹੀਂ, ਹੁਣ ਉਹ ਕਹਿੰਦੇ ਹੁੰਦੇ ਨੇ ਕਿ ਕੁੱਟਦੇ ਵੀ ਨੇ ਤੇ ਸਾਨੂੰ ਰੋਣ ਵੀ ਨਹੀਂ ਦਿੰਦੇ। ਅੱਜ ਰਾਜਘਾਟ ਨਹੀਂ ਜਾਣ ਦੇਣਾ, ਰਾਸ਼ਟਰਪਤੀ ਇਸ ਦੇਸ਼ ਦਾ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਰਾਸ਼ਟਰਪਤੀ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਇੱਕ ਚੁਣੇ ਹੋਏ ਨੁਮਾਇੰਦਿਆਂ ਨੂੰ, ਇੱਕ ਪੰਜਾਬ ਦੀ 115 ਨੁਮਾਇੰਦਿਆਂ ਦਾ ਮਤਾ ਪਾਸ ਕੀਤਾ ਹੋਇਆ, 3.25 ਕਰੋੜ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਇਹ ਮਤਾ, ਉਹਨਾਂ ਨੇ ਮਿਲਣ ਤੋਂ ਇਨਕਾਰੀ ਕਰ ਦਿੱਤਾ। ਇਹਦੇ ਨਾਲੋਂ ਜ਼ਿਆਦਾ ਅਫਸੋਸਨਾਕ ਗੱਲ ਨਹੀਂ ਹੋ ਸਕਦੀ। ਸਾਨੂੰ ਤਾਂ ਐਂ ਲੱਗਦਾ ਵਾ ਪੰਜਾਬ ਵਾਲਿਆਂ ਨੂੰ ਜਿੱਦਾਂ ਅਸੀਂ ਭਾਰਤ ਦਾ ਸੂਬਾ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦਾ ਸੂਬਾ ਹੋ ਗਏ ਹਾਂ। ਮੋਦੀ ਸਾਹਿਬ ਦਾ ਰਵੱਈਆ ਸਾਡੇ ਪ੍ਰਤੀ ਇੱਦਾਂ ਜਿੱਦਾਂ ਅਸੀਂ ਪਾਕਿਸਤਾਨ ਦਾ ਕੋਈ ਸੂਬਾ ਹੁੰਦੇ, ਬਹੁਤ ਮਾੜੀ ਗੱਲ ਹੈ ਉਹਨਾਂ ਵਾਸਤੇ। ਇਹ ਦੇਸ਼ ਦੀ ਜਮਹੂਰੀਅਤ ਵਾਸਤੇ ਖਤਰੇ ਦੀ ਘੰਟੀ ਆ। ਇਹ ਦੇਸ਼ ਦੇ ਜੋ ਆਉਣ ਵਾਲਾ ਸਮਾਂ, ਇਹ ਜਿੱਦਾਂ ਕਹਿ ਕੇ ਗਏ ਨੇ, ਪੰਜਾਬ ਅੱਜ ਦਾ ਨਹੀਂ ਬਹੁਤ ਅਰਸੇ ਤੋਂ ਸ਼ਿਕਾਰ ਹੋਇਆ ਵਿਤਕਰਿਆਂ ਦਾ। ਸਾਡਾ ਪਾਣੀ ਖੋਹ ਕੇ ਲੈ ਗਏ, ਸਾਡੀ ਭਾਸ਼ਾ ਦੇ ਨਾਲ ਵਿਤਕਰਾ ਹੋ ਰਿਹਾ, ਸਾਡੀ ਜਿਹੜੀ ਜ਼ਮੀਨ ਹੈ। ਸਾਡੇ ਨੈਸ਼ਨਲ ਮੀਡੀਆ ਨੂੰ ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਗ੍ਰੀਨ ਰੈਵੋਲਿਊਸ਼ਨ ਤੋਂ ਲੈ ਕੇ ਜਿਹੜੀ ਸਾਡੇ ਜੋ ਪੈਦਾਵਾਰ ਕੀਤੀ ਗਈ ਅਨਾਜ ਦੀ, ਜਿਹਦੇ ਨਾਲ ਸਾਰੇ ਭਾਰਤ ਦਾ ਢਿੱਡ ਭਰਿਆ, ਲੇਕਿਨ ਸਾਡੇ ਕੁਦਰਤੀ ਸਰੋਤ ਸਾਰੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ। ਸਾਡੇ ਪੰਜਾਬ ਦੀ ਧਰਤੀ ਇੰਨਾ ਜ਼ਿਆਦਾ ਕੀਟਨਾਸ਼ਕ, ਫਰਟੀਲਾਈਜ਼ਰ, ਖਾਦਾਂ, ਕੀੜੇ ਮਾਰ ਦਵਾਈਆਂ ਇੰਨੀਆਂ ਜ਼ਿਆਦਾ ਪਾਉਣੀਆਂ ਪਈਆਂ ਸਾਨੂੰ ਕਈ ਦਹਾਕਿਆਂ ਤੋਂ, ਕਿ ਅੱਜ ਪੰਜਾਬ ਜਿਹੜਾ ਵਾ ਉਹਦਾ ਸਾਰਾ ਜ਼ਮੀਨ ਨਿਚਲਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋ ਚੁੱਕਿਆ ਵਾ, ਕੰਟੈਮੀਨੇਟ ਹੋ ਚੁੱਕਿਆ ਵਾ। ਔਰ ਉਹਦਾ ਨਤੀਜੇ ਵਜੋਂ ਸਭ ਤੋਂ ਜ਼ਿਆਦਾ ਕੈਂਸਰ ਨਾ ਸਿਰਫ ਮਾਲਵੇ ਦੀ ਧਰਤੀ ਤੇ ਪੰਜਾਬ ਦੇ, ਬਲਕਿ ਸੂਬੇ ਸਾਰੇ ਪੰਜਾਬ ਦੇ ਵਿੱਚ ਅੱਜ ਕੈਂਸਰ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਚੁੱਕਾ ਵਾ। ਕੌਣ ਜ਼ਿੰਮੇਵਾਰ ਹੈ? ਜਿਹਨਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਲਈਆਂ, ਜਿਹੜੇ ਕਿਸਾਨਾਂ ਨੇ ਇਸ ਦੇਸ਼ ਦਾ ਅਨਾਜ ਦਾ ਭੰਡਾਰ ਭਰਨ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੱਤਾ, ਅੱਜ ਪੰਜਾਬ ਦਾ ਕਿਸਾਨ 1,00,000 ਕਰੋੜ ਰੁਪਏ ਦਾ ਕਰਜ਼ੇ ਹੀ ਆ। ਅੱਜ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰ ਰਿਹਾ ਵਾ। ਇੱਕ ਐਕਟਰ ਸੁਸ਼ਾਂਤ ਰਾਜਪੂਤ ਕੋਈ ਆਤਮ ਹੱਤਿਆ ਕਰਦਾ, ਸਾਰੇ ਦੇਸ਼ ਦਾ ਮੀਡੀਆ ਕਈ ਮਹੀਨੇ ਉਸ ਆਤਮ ਹੱਤਿਆ ਤੇ ਚਰਚਾ ਕਰਦੀ ਆ। CBI ਦੀ ਜਾਂਚ ਹੁੰਦੀ ਆ, ED ਦੀ ਜਾਂਚ ਹੁੰਦੀ ਆ, ਸੁਪਰੀਮ ਕੋਰਟ ਉਸਦੀ ਕੋਗਨੀਜੈਂਸ ਲੈਂਦਾ, ਤੇ ਪੰਜਾਬ ਦੇ ਵਿੱਚ ਮੇਰੇ ਸਤਿਕਾਰਯੋਗ ਮੀਡੀਆ ਦੇ ਸਾਰੇ ਭੈਣੋ ਭਰਾਓ, ਹਜ਼ਾਰਾਂ ਲੋਕਾਂ ਨੇ ਆਤਮ ਹੱਤਿਆ ਕੀਤੀ ਆ। ਕਿਸੇ ਸੁਪਰੀਮ ਕੋਰਟ ਨੇ, ਕਿਸੇ ED, ਕਿਸੇ CBI, ਕਿਸੇ ਕੇਂਦਰ ਦੀ ਸਰਕਾਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਕਿ ਅਸੀਂ ਇਹਨਾਂ ਦਾ ਹਾਲ ਹੀ ਪੁੱਛ ਲਈਏ ਜਾ ਕੇ। ਇਹ ਅੱਜ ਪੰਜਾਬ ਦੇ ਸਾਡੇ ਹਾਲਾਤ ਨੇ। ਔਰ ਪੰਜਾਬ ਦਾ ਕਿਸਾਨ ਬਹਾਦਰ ਦੇਖੋ, 2-3 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ, ਅੱਜ ਤੱਕ ਕਿਸੇ ਦੇ ਚੀਚੀ ਦੇ ਉੱਤੇ ਸੱਟ ਵੀ ਨਹੀਂ ਲੱਗਣ ਦਿੱਤੀ ਉਹਨਾਂ ਲੋਕਾਂ ਨੇ, ਬਿਲਕੁਲ ਸ਼ਾਂਤਮਈ। ਲੇਕਿਨ ਕੇਂਦਰ ਦੀ ਸਰਕਾਰ ਉਸਕਾ ਰਹੀ ਆ, ਜਿੱਦਾਂ ਉਕਸਾ ਰਹੀ ਆ ਕਿ ਇਹਨਾਂ ਨੂੰ, ਜਿੱਦਾਂ ਪੰਜਾਬੀ 'ਚ ਕਹਿੰਦੇ ਨੇ ਕਿ ਟਿੱਚਰਾਂ ਕਰੋ ਇਹਨਾਂ ਨਾਲ, ਹੋਰ ਇਹਨਾਂ ਨੂੰ ਚੜਾਓ ਤਾਂ ਕਿ ਇਹ ਕੋਈ ਹਿੰਸਕ ਰੁੱਖ ਅਖਤਿਆਰ ਕਰ ਸਕੇ ਸਾਡਾ ਸੂਬਾ। ਔਰ ਮੈਂ ਕਹਿਣਾ ਚਾਹੁੰਦਾ ਇੱਥੋਂ ਮੀਡੀਆ ਦੇ ਜ਼ਰੀਏ, ਸਾਰੇ MLA ਸਤਿਕਾਰਯੋਗ ਬੈਠੇ ਨੇ, 80 ਦੇ ਦਹਾਕੇ ਵਿੱਚ ਜੋ ਪੰਜਾਬ ਨੇ ਸੰਤਾਪ ਹੰਢਾਇਆ, ਕੇਂਦਰ ਦੀ ਸਰਕਾਰ ਦੀ ਫਿਤਕਰੇ ਵਾਲੀਆਂ ਨੀਤੀਆਂ ਸਾਨੂੰ ਉੱਧਰ ਨੂੰ ਤੱਕ ਰਹੀਆਂ ਨੇ। ਔਰ ਜੇ ਕੱਲ੍ਹ ਨੂੰ ਪੰਜਾਬ ਅਰਾਜਕਤਾ ਵੱਲ ਗਿਆ, ਕੋਈ ਕਿਸੇ ਦੇ ਨਾਲ ਭੰਨ ਤੋੜ ਹੋਈ, ਕੋਈ ਕਤਲੋ ਗਾਰਤ ਹੋਈ, ਤੇ ਮੋਦੀ ਸਾਹਿਬ ਤੇ BJP ਦੇ ਸਰਕਾਰ
ਇਹ ਲੋਕ ਇੱਥੋਂ ਦੇ ਲੋਕ ਜ਼ਿੰਮੇਵਾਰ ਹੋਣਗੇ। ਇਸ ਲਈ ਇਸ ਨੂੰ ਜਿੰਨੀ ਛੇਤੀ ਹੋ ਸਕੇ ਕਿਸਾਨਾਂ ਦੇ ਮਸਲਿਆਂ ਨੂੰ ਮੰਗਦੇ ਕੀ ਨੇ ਵਿਚਾਰੇ, ਮੰਗਦੇ ਮਿਨੀਮਮ ਸਪੋਰਟ ਪ੍ਰਾਈਸ ਦੀ ਪ੍ਰਣਾਲੀ ਜਿਹੜਾ ਤੁਹਾਨੂੰ ਦੱਸ ਕੇ ਗਏ ਨੇ ਤਿਵਾੜੀ ਸਾਹਿਬ ਤੇ 1966 ਤੋਂ ਪ੍ਰਚਲਿਤ ਆ, ਔਰ ਕਿਹੜੀ ਪ੍ਰਣਾਲੀ ਜਿਸ ਨੇ ਉਹਨਾਂ ਨੂੰ 1,00,000 ਕਰੋੜ ਦਾ ਕਰਜ਼ਾ ਕੀਤਾ ਵਾ। ਭੋਲੇ ਇੰਨੇ ਨੇ ਕਿਸਾਨ, ਮੰਗਣਾ ਤਾਂ ਸਾਨੂੰ ਚਾਹੀਦਾ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਰਿਕਮੈਂਡੇਸ਼ਨ। ਅੱਜ ਕਣਕ ਦਾ ਭਾਅ ਜਿਹੜਾ 1 ਕੁਇੰਟਲ 1900-2000 ਰੁਪਏ ਵਾ, ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਫਾਰਮੂਲੇ ਹਿਸਾਬ ਦੇ ਨਾਲ 7,000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ। 5,000 ਰੁਪਇਆ ਪ੍ਰਤੀ ਕੁਇੰਟਲ ਦਾ ਘਾਟਾ ਖਾ ਕੇ ਇਸ ਦੇਸ਼ ਦੇ ਅਨਾਜ ਦੇ ਭੰਡਾਰ ਨੂੰ ਭਰਨ ਵਾਸਤੇ ਕਿਸਾਨ ਸਭ ਕੁਛ ਦਾਅ ਤੇ ਲਾ ਰਿਹਾ, ਸਭ ਕੁਛ ਲੁਟਾ ਰਿਹਾ। ਉਹਨਾਂ ਦੇ ਘਰਾਂ ਦੇ ਹਾਲਤ ਦੇਖੋ ਜਾ ਕੇ ਤੁਸੀਂ। ਪੰਜਾਬ ਦਾ 3.25 ਕਰੋੜ ਆਬਾਦੀ ਚੋਂ 60-70 ਲੱਖ ਪੰਜਾਬੀ ਵਿਦੇਸ਼ਾਂ ਨੂੰ ਭੱਜ ਚੁੱਕਾ ਵਾ। ਸਾਡੇ ਨੌਜਵਾਨਾਂ ਦੇ ਕੋਲ ਜੋਬਸ ਨਹੀਂ ਗੀਆਂ, ਸਾਡੇ ਨੌਜਵਾਨਾਂ ਦੇ ਕੋਲ ਕੋਈ ਭਵਿੱਖ ਨਹੀਂ ਗਾ। ਇੱਕ ਰੋਟੀ ਖਾਣ ਦਾ ਸਾਧਨ ਖੇਤੀ, ਜਿਹਦੇ ਤੋਂ ਆਪਣੀ ਜ਼ਿੰਦਗੀ ਦੀ ਕਮਾਈ ਕਰ ਸਕਦੇ ਸੀਗੇ, ਮੋਦੀ ਸਾਹਿਬ ਉਹਨਾਂ ਦੇ ਮੂੰਹਾਂ ਵਿੱਚੋਂ, ਕਿਸਾਨਾਂ ਦੇ ਮੂੰਹਾਂ ਚੋਂ ਬੁਰਕੀਆਂ ਖੋ ਰਹੇ ਨੇ ਮੇਰੇ। ਇਸ ਲਈ ਇਹ ਬਹੁਤ ਮਾੜੇ ਸੰਕੇਤ ਨੇ, ਔਰ ਸਾਡੀ ਸਰਕਾਰ ਬੈਠੀ ਪੰਜਾਬ ਦੀ, ਸਾਡਾ ਹੱਕੀ ਪੈਸਾ ਜਿਹੜਾ GST ਦਾ, RDF ਦਾ ਤੁਰੰਤ ਰਿਲੀਜ਼ ਕੀਤਾ ਜਾਵੇ। ਸਾਡੇ 3.25 ਲੱਖ ਕਰੋੜ ਰੁਪਏ ਦਾ ਕਰਜ਼ਾ ਸਟੇਟ ਦੇ ਉੱਤੇ, ਸਾਡੇ ਕੋਲ ਬੱਚਿਆਂ ਨੂੰ ਨੌਕਰੀ ਦੇਣ ਵਾਸਤੇ ਪੈਸੇ ਨਹੀਂ ਗਏ, ਸਾਡੇ ਕੋਲ ਆਪਣਾ ਵਿਆਜ ਦੇਣ ਵਾਸਤੇ ਪੈਸੇ ਨਹੀਂ ਗਏ, ਤੇ ਕੇਂਦਰ ਸਰਕਾਰ ਸਾਡੇ ਪੈਸੇ ਰੋਕ ਰਹੀ ਹੈ।